ਬਾਈਕ ਹੈਗੀ ਸੀ ਉਹ ਖੋਹ ਕੇ ਲੈ ਕੇ ਤਿੰਨ ਜਣੇ ਆਏ ਸੀ ਪਿੱਛੋਂ ਠੀਕ ਹੈ ਜੀ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਤੇ ਡਰਾਇਆ ਗੋਲੀਆਂ ਚਲਾਈਆਂ ਨਾਲ ਗੋਲੀਆਂ ਚਲਾਈਆਂ ਬਟ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਤਿੰਨ ਗੋਲੀਆਂ ਸਾਡੇ ਪੰਜਾਬ ਦੇ ਹਾਲਾਤ ਇੰਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਆ ਕਿ ਬੰਦਾ ਕੋਈ ਬਿਲਕੁਲ ਸੇਫ ਨਹੀਂ ਹੈਗਾ ਅੱਜ ਕੱਲ੍ਹ ਘਰਾਂ ਵਿੱਚੋਂ ਨਿਕਲਣਾ ਬਿਲਕੁਲ ਹੀ ਮਤਲਬ ਕਿ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਵਾ ਤੇ ਕੋਈ ਹੋਰ ਤੁਹਾਡੇ ਨਾਲ ਕੋਈ ਉਹਨਾਂ ਨੂੰ ਧਮਕੀ ਕੋਈ ਇੱਦਾਂ ਦੀ ਕੋਈ ਗੱਲ ਕਹੀ ਹੋਵੇ ਨਹੀਂ ਨਹੀਂ ਹੋਰ ਬਸ ਇਹੋ ਕਹਿੰਦੇ ਬੁਲਟ ਛੱਡ ਦਿਓ ਨਹੀਂ ਤਾਂ ਅਸੀਂ ਗੋਲੀ ਮਾਰ ਦੇ ਤੁਹਾਡਾ ਕਹਿਣ ਦਾ ਮਤਲਬ ਇਹੀ ਆ ਵੀ ਉਹ ਨਛੇੜੀ ਹੋਣਗੇ ਕਿ ਜਾਂ ਕੋਈ ਪੁਰਾਣੀ ਕੋਈ ਰੰਜਿਸ਼ ਉਹਦੇ ਤਾਂ ਕੋਈ ਰੰਜਿਸ਼ ਨਹੀਂ ਇਹ ਅੰਮ੍ਰਿਤਸਰ ਦੀ ਇਹ ਆਪਣਾ ਬੜਾਲਾ ਗਰੰਤੀਆਂ ਲਾ ਕੇ ਕਰਦੀਆਂ ਰੋਡ ਤੇ ਆਪਣਾ ਗੁੱਲੀਆਂ ਪਿੰਡ ਲਾ ਕੇ ਵਾਰਦਾ ਧੋਈਏ ਇਹ ਸਿਰਫ ਅਮਲੀਆਂ ਦੇ ਕੰਮ ਹੈ ਜਿਨ੍ਹਾਂ ਦਾ ਨਸ਼ਾ ਪੂਰਾ ਨਹੀਂ ਹੁੰਦੇ ਉਹੀ ਵਾਰਦਾਤਾਂ ਕਰਦੇ ਨੇ ਪੰਜਾਬ ਦੇ ਅੰਦਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਦੇਰ ਰਾਤ ਬਟਾਲਾ ਕਾਦੀਆਂ ਦੇ ਰਾਹ ਦੇ ਵਿੱਚ ਪੈਂਦੇ ਗੁਰਦੁਆਰਾ ਫਲਾਈ ਸਾਹਿਬ ਦੇ ਕੋਲ ਵਾਪਰਿਆ ਜਿੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਹਵਾਈ ਫਾਇਰ ਕਰਕੇ ਅੰਮ੍ਰਿਤਸਰ ਜਾ ਰਹੇ ਪਤੀ ਪਤਨੀ ਦੇ ਕੋਲੋਂ ਬੁਲਟ ਮੋਟਰਸਾਈਕਲ ਖੋਹ ਲਿਆ ਤੇ ਬਟਾਲਾ ਸਾਈਡ ਨੂੰ ਫਰਾਰ ਹੋ ਗਏ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਤਲਵੰਡੀ ਤੋਂ ਯਾਨੀ ਕਿ ਆਪਣੇ ਸਹੁਰੇ ਪਰਿਵਾਰ ਨੂੰ ਮਿਲ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਉਸਨੇ ਦੱਸਿਆ ਕਿ ਪਿੱਛੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਵੱਲੋਂ ਉਹਨਾਂ ਨੂੰ ਡਰਾਉਣ ਦੇ ਲਈ ਤਿੰਨ ਹਵਾਈ ਫਾਇਰ ਕੀਤੇ ਗਏ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਬੁਲਟ ਮੋਟਰਸਾਈਕਲ ਛੱਡ ਦੇਣ ਨਹੀਂ ਤਾਂ ਉਹਨਾਂ ਦੀ ਜਾਨ ਲੈ ਲੈਣਗੇ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਬੁਲਟ ਬਾਈਕ ਹੈਗੀ ਸੀ ਉਹ ਖੋਹ ਕੇ ਲੈ ਕੇ ਤਿੰਨ ਜਣੇ ਆਏ ਸੀ ਪਿੱਛੋਂ ਠੀਕ ਹੈ ਜੀ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਤੇ ਡਰਾਇਆ ਗੋਲੀਆਂ ਚਲਾਈਆਂ ਨਾਲ ਗੋਲੀਆਂ ਚਲਾਈਆਂ ਬਟ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਤਿੰਨ ਗੋਲੀਆਂ ਚਲਾਈਆਂ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਲਵੰਡੀ ਝੁੰਗਲਾ ਤੋਂ ਆ ਰਹੇ ਸੀ ਅੰਮ੍ਰਿਤਸਰ ਜਾ ਰਹੇ ਆਪਣੇ ਵੱਲ ਅੱਛਾ ਅੰਮ੍ਰਿਤਸਰ ਜਾ ਰਹੇ ਸੀ ਉੱਥੇ ਤਲਵੰਡੀ ਝੁੰਗਲਾ ਕੌਣ ਆ ਤੁਹਾਡੇ ਮੇਰੇ ਉੱਧਰ ਸਹੁਰੇ ਅੱਛਾ ਤੁਸੀਂ ਆਪਣੇ ਸਹੁਰਿਆਂ ਤੋਂ ਆਪਣੇ ਵਾਪਸ ਜਾ ਰਹੇ ਸੀ ਹੈ ਨਾ ਓਕੇ ਓਕੇ ਤੇ ਉਹ ਕਾਹਦੇ ਤੇ ਸੀਗੇ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਿਹੜੇ ਮੋਟਰਸਾਈਕਲ ਤੇ ਪਤਾ ਕੁਛ ਕਿੱਥੋਂ ਮਗਰ ਲੱਗੇ ਸੀਗੇ ਕੁਛ ਉਹ ਤਾਂ ਉਹ ਵੀ ਨਹੀਂ ਮੈਨੂੰ ਪਤਾ ਬਟ ਹਨੇਰੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਬਿਲਕੁਲ ਸਾਈਡ ਤੇ ਲਾ ਕੇ ਮਤਲਬ ਉਹਨਾਂ ਨੇ ਸੁੱਟਿਆ ਤੁਹਾਨੂੰ ਥੱਲੇ ਕਿ ਜਾਂ ਉਦਾਂ ਨਹੀਂ ਆਪਾਂ ਡਿੱਗ ਪਏ ਸੀ ਬਿਲਕੁਲ ਉਹਨਾਂ ਨੇ ਬਿਲਕੁਲ ਸਾਡੇ ਨਾਲ ਤੇ ਗੋਲੀਆਂ ਤੁਹਾਡੇ ਤੇ ਚਲਾਈਆਂ ਜਾਂ ਹਾਈ ਵਾਈ ਸਾਈਡ ਤੇ ਇਹਨਾਂ ਨੇ ਚਲਾਈਆਂ ਡਰਾਉਣ ਵਾਸਤੇ ਵੀ ਬੁਲਟ ਛੱਡ ਦੋ ਤੇ ਭੱਜੋ ਓਕੇ ਤੇ ਫਿਰ ਤੁਸੀਂ ਬੁਲਟ ਛੱਡਤਾ ਆਪਾਂ ਸਾਈਡ ਤੇ ਹੋ ਗਏ ਪਿੱਛੇ ਹੋ ਗਏ ਤੇ ਫਿਰ ਬੁਲਟ ਲੈ ਕੇ ਚਲੇ ਕੋਈ ਹੋਰ ਚੀਜ਼ ਖੜੀ ਤੁਹਾਡੇ ਕੋਲ ਨਹੀਂ ਨਹੀਂ ਹੋਰ ਕੋਈ ਮੋਬਾਈਲ ਕੋਈ ਪਰਸ ਨਹੀਂ ਕੋਈ ਪੈਸਾ ਤੇ ਲਾ ਕੁਛ ਨਹੀਂ ਨਹੀਂ ਤੇ ਕਿੱਧਰ ਨੂੰ ਗਏ ਨੇ ਬਟਾਲੇ ਵਾਲੀ ਸਾਈਡ ਤੇ ਗਏ ਹਾਂਜੀ ਓਕੇ ਜੀ ਬੁਲਟ ਖੋ ਕੇ ਹਾਂ ਕਿੰਨਾ ਟਾਈਮ ਹੋ ਗਿਆ ਇਹਨੂੰ 1 ਘੰਟਾ ਹੋਇਆ ਜੀ 1 ਘੰਟਾ ਹੋ ਗਿਆ ਠੀਕ ਹੈ ਭਾਜੀ ਤੇ ਕੋਈ ਹੋਰ ਤੁਹਾਡੇ ਨਾਲ ਕੋਈ ਉਹਨਾਂ ਨੂੰ ਧਮਕੀ ਕੋਈ ਇਦਾਂ ਦੀ ਕੋਈ ਗੱਲ ਕਹੀ ਹੋਵੇ ਨਹੀਂ ਨਹੀਂ ਹੋਰ ਬਸ ਇਹੋ ਕਹਿੰਦੇ ਬੁਲਟ ਛੱਡ ਦੋ ਨਹੀਂ ਤੇ ਅਸੀਂ ਗੋਲੀ ਮਾਰ ਦੇਣੀ ਆਪਣੇ ਬੁਲਟ ਦਾ ਨੰਬਰ ਬੋਲ ਦਿਓ DB02DV4128 4128 ਹਾਂਜੀ ਠੀਕ ਹੈ ਭਾਜੀ ਸਾਡੇ ਰਿਸ਼ਤੇਦਾਰ ਨੇ ਜਦੋਂ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਸਾਡੇ ਨਾਲ ਇਹ ਵਾਰਦਾਤ ਹੋ ਗਈ ਤਾਂ ਅਸੀਂ ਆਪਣੇ ਘਰੋਂ ਬਾਈਕ ਲੈ ਕੇ ਇਸ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਆ ਕੇ ਵੇਖਿਆ ਕਿ ਜਿਹੜੇ ਤਿੰਨ ਜਿਹੜੇ ਚੋਰ ਸੀ ਉਹ ਆਏ ਨੇ ਇਹਨਾਂ ਦੇ ਕੋਲੋਂ ਮਤਲਬ ਕਿ ਸਾਈਡ ਮੋਟਰਸਾਈਕਲ ਸਾਈਡ ਮਾਰ ਕੇ ਸੁੱਟ ਕੇ ਮਤਲਬ ਇਹਨਾਂ ਤੁਹਾਨੂੰ ਕਾਲ ਕੀਤੀ ਹੋਊਗੀ ਇਹਨਾਂ ਨੇ ਸਾਨੂੰ ਪਹਿਲਾਂ ਕਾਲ ਕੀਤੀ ਹੈ ਕਿਉਂਕਿ ਸਾਡੇ ਨਾਲ ਇਹ ਜਿਹੜੀ ਵਾਰਦਾਤ ਹੋ ਗਈ ਹੈ ਆਪਾਂ ਇਹਨਾਂ ਦੇ ਮਗਰ ਪਹੁੰਚੇ ਆ ਕੇ ਦੇਖਿਆ ਕਿ ਮੌਕੇ ਤੇ ਜਿਹੜਾ ਜਿਹੜੇ ਚੋਰ ਸੀ ਇਹਨਾਂ ਦੇ ਕੋਲੋਂ ਬੁਲਟ ਮੋਟਰਸਾਈਕਲ ਲੈ ਕੇ ਮਤਲਬ ਕਿ ਜਿਹੜੇ ਬਟਾਲੇ ਵਾਲ ਨੂੰ ਫਰਾਰ ਹੋ ਗਿਆ ਸਾਡੇ ਪੰਜਾਬ ਦੇ ਹਾਲਾਤ ਇੰਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਆ ਕਿ ਬੰਦਾ ਕੋਈ ਬਿਲਕੁਲ ਸੇਫ ਨਹੀਂ ਹੈਗਾ ਅੱਜ ਕੱਲ੍ਹ ਘਰਾਂ ਵਿੱਚੋਂ ਨਿਕਲਣਾ ਬਿਲਕੁਲ ਹੀ ਮਤਲਬ ਕਿ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਵਾ ਅਤੇ ਸਰਕਾਰ ਨੂੰ ਵੀ ਜਿਹਦੇ 'ਚ ਆਪਣਾ ਨਸ਼ਿਆਂ 'ਤੇ ਬਿਲਕੁਲ ਪਾਬੰਦੀ ਨਹੀਂ ਲਾਉਂਦੀ ਕਿ ਜਿਹੜੇ ਮਤਲਬ ਕਿ ਇੱਦਾਂ ਦੇ ਹਾਲਾਤ ਹੋ ਚੁੱਕੇ ਨੇ ਕਿ ਸਾਡੇ ਆਪਣਾ ਪੰਜਾਬ ਦੇ ਕਿ ਘਰਾਂ ਵਿੱਚੋਂ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਆ ਵੀ ਮਤਲਬ ਕਿ ਜਿਹੜੀ ਗੱਲ ਹੋਈ ਨੂੰ ਘੱਟੋ ਘੱਟ ਵੀ 2-2.5 ਘੰਟੇ ਹੋ ਚੁੱਕੇ ਆ ਜਿਹੜਾ ਮਤਲਬ ਕਿ ਬੁਲਟ ਲੈ ਕੇ ਦਿਨ ਦਿਹਾੜੇ ਦੀ ਗੱਲ ਵਾ ਕਿ ਦਿਨ ਦੇ ਰਾਤ ਦੇ ਚਲੋ ਆਪਾਂ ਮੰਨ ਲੈ ਮੰਨ ਸਕਦੇ ਹਾਂ ਕਿ ਦਿਨ ਦਿਹਾੜੇ ਵੀ ਬੰਦਾ ਸੇਫ ਨਹੀਂ ਹੈਗਾ ਸਾਡੇ ਪੰਜਾਬ ਦੇ ਵਿੱਚ ਇੱਦਾਂ ਦੇ ਹਾਲਾਤ ਹੋ ਗਏ ਸਾਡੇ ਪੰਜਾਬ ਦੇ ਇਹ ਕੀ ਮਤਲਬ ਕੀ ਆਸਾ ਰੱਖਾਂਗੇ ਸਰਕਾਰਾਂ ਕੋਲੋਂ ਕਿ ਕੀ ਸੇਫ ਆਪਣੇ ਪੰਜਾਬ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਵਿੱਚ ਵੀ ਅਸੀਂ ਆਪਣੇ ਪੰਜਾਬ ਦੇ ਵਿੱਚ ਵੀ ਚੰਗੀ ਤਰ੍ਹਾਂ ਸਾਹ ਨਹੀਂ ਲੈ ਸਕਦੇ ਇਹ ਸਰਕਾਰਾਂ ਨੂੰ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਕੋਈ ਕੰਮ ਨਹੀਂ ਉਹਨਾਂ ਲੋਕਾਂ ਦੇ ਤੁਹਾਡਾ ਕਹਿਣ ਦਾ ਮਤਲਬ ਇਹੀ ਆ ਵੀ ਉਹ ਨਛੇੜੀ ਹੋਣਗੇ ਕਿ ਜਾਂ ਕੋਈ ਪੁਰਾਣੀ ਕੋਈ ਰੰਜਿਸ਼ ਉਹਦੇ ਤਾਂ ਕੋਈ ਰੰਜਿਸ਼ ਨਹੀਂ ਇਹ ਅੰਮ੍ਰਿਤਸਰ ਦੀ ਇਹ ਆਪਣਾ ਬੜਾਲਾ ਗਰੰਤੀਆਂ ਲਾ ਕੇ ਕਰਦੀਆਂ ਰੋਡ ਤੇ ਆਪਣਾ ਗੁੱਲੀਆਂ ਪਿੰਡ ਲਾ ਕੇ ਵਾਰਦਾ ਧੋਈਏ ਇਹ ਸਿਰਫ ਅਮਲੀਆਂ ਦੇ ਕੰਮ ਹੈ ਜਿਨ੍ਹਾਂ ਦਾ ਨਸ਼ਾ ਪੂਰਾ ਨਹੀਂ ਹੁੰਦੇ ਉਹੀ ਵਾਰਦਾਤਾਂ ਕਰਦੇ ਨੇ ਦੱਸਦੀ ਕਿ ਇਸ ਵਾਰਦਾਤ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਪਹੁੰਚੀ ਜਿਸ ਦੌਰਾਨ ਲੋਕਾਂ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਫੁੱਟਦਾ ਹੋਇਆ ਨਜ਼ਰ ਆਇਆ
ਉਹਨਾਂ ਨੇ ਕਿਹਾ ਕਿ ਮਾਹੌਲ ਇੰਨਾ ਖਰਾਬ ਹੋ ਚੁੱਕਿਆ ਕਿ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ। ਉਹਨਾਂ ਮੰਗ ਕੀਤੀ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਮੌਕੇ ਤੇ ਪੁੱਜੇ DSP ਦੇ ਵੱਲੋਂ ਵੀ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਜਲਦ ਹੀ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਗਈ। ਬਟਾਲਾ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।